पिछले साल सिक्किम दे बार्डर ते चीनी फौजियां दा बहादुरी नाल सामना करदे जख्मी होए गुरमोहन सिंह इलाज दे दौरान दिल्ली दे आरआर हस्पताल विच मौत हो गई, जिस तों बाद उन्हां दी मृतक दे उन्हां दे जद्दी पिंड लखणा तपा लियांदी गई, जिथे उन्हां दा सरकारी सन्मानां दे नाल अंतिम संस्कार कीता गया। गुरमोहन सिंह 2014 विच फौज विच भर्ती होए सन अते पिछले साल सिक्किम दे बार्डर ते चीनी फौजियां नाल हुई झड़प दौरान उन्हां दी बांह ते सट लगी, जिस संबंधी उन्हां दा इलाज जम्मू दे सतवारी हस्पताल विच चल रहा सी। उस तों बाद उन्हां नूं उधम सिंह नगर हस्पताल भेज दिता गया, जिथे उन्हां नूं कैंसर होया, उत्थे ही उन्हां दा इलाज आरआर हस्पताल दिल्ली विच चला गया। इस दे नाल ही इलाज दौरान उन्हां दी मौत हो गई अते परिवार विच अपने माता पिता भरा अते एक भैण नूं छड्ड गए। फौज दे जवानां वल्लों फौजी गुरमोहन सिंह दी मृतक देह नूं आर्मी जवानां वल्लों सलामी दित्ती गई ते इस दे नाल ही बोले सोने हार दे जयकारे भी लाए गए। इस दे नाल ही उन्हां दे वल्लों इस दे बारे की सूचना दित्ती गई है, ओह तुसीं आप सुनो। परमजीत कौर कड़ी जगह ते रहंदे ने, पिंड वलीपुर। ते तुहाडी इहनां दे गुरमोहन जी दे नाल मंगण गए? हांजी। किन्ना चिर पहलां आई? 1.5 साल पहलां, सितंबर दी 23 तरीक नूं 2 साल हो जाणे आ। ते ब्याह वी नेड़े तेड़े सीगा जी? हांजी। ब्याह कदों तक सीगा? ਵਿਆਹ ਗੁਰਮੋਹਨ ਜਦੋਂ ਪਹਿਲਾਂ ਮੈਂ ਠੀਕ ਮਤਲਬ ਬਾਂਹ ਨੂੰ ਇੱਦਾਂ ਹੋਏ ਸੀ, ਓਪਰੇਸ਼ਨ ਕਰਵਾ ਕੇ ਆਏ ਸੀਗੇ, ਆਉਂਦੇ ਸੀਗੇ ਥੋੜ੍ਹੇ ਟਾਈਮ ਤੱਕ, ਜਦੋਂ ਠੀਕ ਹੋ ਜਾਏਗਾ ਫਿਰ ਵਿਆਹ ਮਤਲਬ ਸਰਦੀਆਂ ਦਾ ਕਰ ਲਵਾਂਗੇ, ਮੰਮੀ ਨੇ ਇਹੀ ਗੱਲ ਕਹਿਣੀ। ਹੁਣ ਅੱਜ ਜਿਸ ਤਰ੍ਹਾਂ ਉਹਨਾਂ ਨੂੰ ਸ਼ਹੀਦੀ ਮਿਲ ਗਈ ਆ, ਸ਼ਹੀਦ ਹੋ ਗਏ ਆ, ਕੀ ਭਾਵਨਾ ਵਿਅਕਤ ਕਰਦੇ ਜੀ? ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਸਾਰੇ ਪਿੰਡ ਕਹਿੰਦਾ ਬਹੁਤ ਵਧੀਆ ਸੁਭਾਅ ਸੀਗਾ, ਮੇਰੇ ਨਾਲ ਵੀ ਜਿੰਨਾ ਤੱਕ ਗੱਲਬਾਤ ਹੋਈ, ਮੇਰੇ ਪਰਿਵਾਰ ਨਾਲ ਵੀ ਹੋਈ, ਬਹੁਤ ਵਧੀਆ ਹੋਈ, ਕਦੀ ਵੀ ਮਾੜਾ ਵਿਵਹਾਰ ਨਾਲ ਗੱਲਬਾਤ ਨਹੀਂ ਹੋਈ, ਬਹੁਤ ਵਧੀਆ ਸੁਭਾਅ ਸੀਗਾ ਉਹਨਾਂ ਦਾ। ਮੇਰਾ ਨਾਂ ਮੈਂ ਐਕਸ ਸੂਬੇ ਦਾ ਪ੍ਰਗਟ ਸਿੰਘ, ਗੁਰਮੋਹਨ ਸਿੰਘ ਦੇ ਤਾਏ ਦਾ ਮੁੰਡਾ ਵਾਂ। ਮੈਨੂੰ 2021 'ਚ ਰਿਟਾਇਰਮੈਂਟ ਹੋਇਆ, ਮੇਰੀ 20 ਸਿੱਖ ਰੈਜੀਮੈਂਟ ਆ, ਗੁਰਮੋਹਨ ਸਿੰਘ ਦੀ ਕੀ 17 ਸਿੱਖ ਰੈਜੀਮੈਂਟ ਸੀ। ਅਸੀਂ ਸਰਕਾਰਾਂ ਨੂੰ ਇਹ ਬੇਨਤੀ ਕਰਦੇ ਹਾਂ, ਜਦੋਂ ਤੁਸੀਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤੁਹਾਡੇ ਕਹਿਣ ਦੇ ਬੋਲ ਹੋਰ ਹੁੰਦੇ ਆ, ਬਾਅਦ ਵਿੱਚ ਹੁਣ ਆਹ ਜਿਹੜਾ ਇਲਾਕਾ ਵਾ ਇਹ ਸਵਰਨ ਸਿੰਘ ਧੁੰਨ ਦੇ ਏਰੀਏ 'ਚ ਪੈਂਦਾ, ਕਿ ਜੋ ਕਿ ਉਹ ਮੌਜੂਦਾ MLA ਆ, ਉਹਨੂੰ ਕਹਿਣ ਦੇ ਬਾਵਜੂਦ ਵੀ ਉਹ ਸ਼ਹੀਦ ਨੂੰ ਅੱਜ ਸ਼ਰਧਾਂਜਲੀ ਦੇਣ ਵਾਸਤੇ ਨਹੀਂ ਆਏ। ਉਹਦੇ ਤੋਂ ਅਸੀਂ ਕੀ ਆਸ ਰੱਖ ਸਕਦੇ ਹਾਂ? ਇੱਕ ਪਾਸੇ ਸਰਕਾਰਾਂ ਕਹਿੰਦੀਆਂ ਨੇ ਅਸੀਂ ਜੋ ਦੇਸ਼ ਵਾਸਤੇ ਜਾਨਵਰ ਦਾ ਉਹਦੇ ਵਾਸਤੇ ਅਸੀਂ ਖੜ੍ਹੇ ਹਾਂ, ਅੱਜ ਇਹ ਕਿੱਥੇ ਗਏ? ਅਸੀਂ ਇਹ ਪੁੱਛਣਾ ਚਾਹੁੰਦੇ ਕਿਉਂ ਨਹੀਂ ਆਏ? ਮੇਰਾ ਨਾਮ ਜਸਵੀਰ ਸਿੰਘ ਹੈ, ਜਿਨ੍ਹਾਂ ਦੀ ਡੈਥ ਹੋਈ ਉਹ ਸਾਡੇ ਕਜ਼ਨ ਬ੍ਰਦਰ ਸੀ, ਚਾਚਾ ਜੀ ਦੇ ਲੜਕੇ ਸੀ। ਕੀ ਨਾਂ ਸੀ? ਗੁਰਮੋਹਨ ਸਿੰਘ, ਲੈਸ਼ ਨੈਕ ਗੁਰਮੋਹਨ ਸਿੰਘ। ਕਿਹੜੀ ਯੂਨਿਟ 'ਚ ਕੰਮ ਕਰਦੇ ਸੀ ਤੇ ਕੀ ਘਟਨਾ ਹੋਈ ਇਹਨਾਂ ਨਾਲ, ਕਿਵੇਂ ਸ਼ਹੀਦੀ ਮਿਲ ਗਈ? ਇਹ 17 ਸਿੱਖ ਇਨਵੈਂਟਰੀ 'ਚ ਕੰਮ ਕਰਦੇ ਸੀ, ਇਸ ਤੋਂ ਕੁਝ ਸਮਾਂ ਪਹਿਲਾਂ ਇਹ ਯੂਨਿਟ ਸਿੱਕਮ ਦੇ ਬਾਰਡਰ 'ਤੇ ਰਹੀ, ਉੱਥੇ ਚਾਈਨਾ ਦੀ ਸੈਨਾ ਨਾਲ ਇਹਨਾਂ ਦੀਆਂ ਝੜਪਾਂ ਹੁੰਦੀਆਂ ਰਹਿੰਦੀਆਂ ਸੀ। ਉਸ ਝੜਪ ਦੌਰਾਨ ਇਹਨਾਂ ਦੇ ਕੋਈ ਗੁਪਤ ਸੱਟ ਲੱਗ ਗਈ, ਉਸ ਤੋਂ ਬਾਅਦ ਯੂਨਿਟ ਦੀ ਤਬਾਦਲਾ ਹੋ ਕੇ ਜੰਮੂ ਪਹੁੰਚ ਗਈ। ਜੰਮੂ ਪਹੁੰਚਣ ਤੋਂ ਉਪਰੰਤ ਇਹਨਾਂ ਦੇ ਬਾਜੂ 'ਚ ਦਰਦ ਹੋਣ ਲੱਗ ਪਈ, ਬਾਜੂ 'ਚ ਦਰਦ ਦੌਰਾਨ ਇਹਨਾਂ ਨੂੰ ਮਿਲਟਰੀ ਹੋਸਪਿਟਲ ਜੰਮੂ ਸਤਵਾਰੀ ਦਾਖਲ ਕਰਵਾਇਆ ਗਿਆ। ਉਸ ਦਾਖਲ ਤੋਂ ਉਪਰੰਤ ਹੀ ਇਹਨਾਂ ਦੀ ਮਤਲਬ ਜਿਹੜੀ ਉਹ ਸੱਟ ਲੱਗੀ ਉਹ ਦਿਨ ਬ ਦਿਨ ਵੱਧਦੀ ਗਈ, ਉਸ 'ਤੇ ਕੰਟਰੋਲ ਨਹੀਂ ਹੋਇਆ। ਹੌਲੀ ਹੌਲੀ ਜੰਮੂ ਤੋਂ ਬਾਅਦ ਇਹਨਾਂ ਨੂੰ ਊਧਮਪੁਰ ਰੈਫਰ ਕੀਤਾ ਗਿਆ, ਊਧਮਪੁਰ ਤੋਂ ਬਾਅਦ ਆਰਆਰ ਹੋਸਪਿਟਲ ਦਿੱਲੀ ਰੈਫਰ ਕੀਤਾ ਗਿਆ, ਜਿੱਥੇ ਆਪਣੀ ਜ਼ਿੰਦਗੀ ਦਾ ਬਿਮਾਰੀ ਨਾਲ ਜੂਝਦੇ ਹੋਏ ਉਹ ਸੱਟ ਦੇ ਕਾਰਨ ਅਤੇ ਅਤਮ ਸਵਾਸ ਇਹਨਾਂ ਨੇ ਉੱਥੇ ਦਿੱਤੇ ਆ ਦਿੱਲੀ ਆਰਆਰ ਹੋਸਪਿਟਲ 'ਚ। ਤਰਨ ਤਾਰਨ ਤੋਂ ਜਗਜੀਤ ਸਿੰਘ ਦਲ ਦੀ ਰਿਪੋਰਟ, ਪਬਲਿਕ ਟਾਈਮਸ।